ਦਿਓਲ ਦੀ ਬਲੌਕਬਸਟਰ ਫਿਲਮ ਗਦਰ ਦਾ ਸੀਕੁਅਲ ਜਲਦ ਹੀ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲਾ ਹੈ ਪਰ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਵਿਵਾਦਾਂ ਦੇ ਵਿੱਚ ਘਿਰ ਗਈ ਹੈ। ਦਰਅਸਲ ਫਿਲਮ ਦੇ ਇੱਕ ਸੀਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੜਾਧੜ ਵਾਇਰਲ ਹੋ ਰਹੀਆਂ ਨੇ ਜਿਸ ਦੇ SGPC ਵੱਲੋਂ ਇਤਰਾਜ਼ ਜਤਾਇਆ ਗਿਆ। SGPC ਨਹੀਂ ਪੂਰੀ ਸਿੱਖ ਕੌਮ ਨੇ ਇਸ ਦਾ ਇਤਰਾਜ਼ ਕੀਤਾ। ਦਰਅਸਲ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹ ਇੱਕ ਗੁਰਦੁਆਰਾ ਸਾਹਿਬ ਦੀਆਂ ਨੇ ਜਿੱਥੇ ਫਿਲਮ ਦਾ ਇੱਕ ਸੀਨ ਸ਼ੂਟ ਕੀਤਾ ਜਾ ਰਿਹਾ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਕਿ ਅਦਾਕਾਰ ਗੁਰਦੁਆਰਾ ਸਾਹਿਬ ਦੇ ਵਿੱਚ ਖੜ੍ਹੇ ਨੇ ਅਤੇ ਆਸੇ ਪਾਸੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਕਈ ਲੋਕ ਨੇ ਅਤੇ ਗੱਤਕਾ ਖੇਡਿਆ ਜਾ ਰਿਹਾ ਹੈ। ਇਹ ਤਸਵੀਰਾਂ ਜਦੋਂ ਹੀ SGPC ਤੱਕ ਪੁੱਜੀਆਂ ਤਾਂ ਉਹਨਾਂ ਦੇ ਵੱਲੋਂ ਇਸ 'ਤੇ ਇਤਰਾਜ਼ ਜਤਾਇਆ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸੇ ਤਹਿਤ SGPC ਮੈਂਬਰ ਭਾਈ ਗੁਰਚੰਦ ਸਿੰਘ ਦੇ ਵੱਲੋਂ ਇਸ 'ਤੇ ਇਤਰਾਜ਼ ਜਤਾਇਆ ਗਿਆ। ਕੀ ਕਹਿਣਾ ਹੈ ਭਾਈ ਗੁਰਚੰਦ ਸਿੰਘ ਦਾ, ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਇੱਕ ਵੀਡੀਓ ਦੇਖਣ ਵਿੱਚ ਆ ਰਹੀ ਹੈ ਜਿਸ ਦੇ ਵਿੱਚ ਜਿਹੜਾ ਹਿੰਦੀ ਫਿਲਮਾਂ ਦਾ ਹੀਰੋ ਸਨੀ ਦਿਓਲ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ, ਉਸ ਦੇ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਜਿਹਦਾ ਦੱਸਿਆ ਜਾ ਰਿਹਾ ਕਿ ਇਹ ਗਦਰ 2 ਦੀ ਸ਼ੂਟਿੰਗ ਆ ਅਤੇ ਉਸ ਸ਼ੂਟਿੰਗ ਦੇ ਵਿੱਚ ਗੁਰਦੁਆਰੇ ਦਾ ਵੈਨਿਊ ਆ ਅਤੇ ਉਸ ਗੁਰਦੁਆਰੇ ਵਿੱਚ ਜਿਹੜਾ ਹੀਰੋ ਹੀਰੋਇਨ ਆਪਸੀ ਇੱਕ ਮੁਦਰਾ ਵਿੱਚ ਦਿਖਾਈ ਦੇ ਰਿਹਾ ਜਿਹੜੀ ਕਿ ਇਤਰਾਜ਼ ਯੋਗ ਆ ਗੁਰਦੁਆਰੇ ਦੇ ਅੰਦਰ, ਅਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਅਤੇ ਉਸ ਦੇ ਨਾਲ ਦੀ ਨਾਲ ਜਿਹੜੇ ਕਿਨਾ ਗੱਤਕਾ ਵਾਲੇ ਜਿਹੜੇ ਸਿੰਘ ਹੈ ਉਹ ਉੱਥੇ ਉਹਨਾਂ ਦੇ ਆਲੇ ਦੁਆਲੇ ਗੱਤਕਾ ਕਰ ਰਹੇ ਹਨ। ਸੋ ਇਹ ਉਹਨਾਂ ਦਾ ਡਾਇਰੈਕਟਰ ਅਤੇ ਸਨੀ ਦਿਓਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਗੁਰਦੁਆਰਾ ਕੋਈ ਜਿਹੜਾ ਸ਼ੂਟਿੰਗ ਜਿਹੜਾ ਸਥਲ ਨਹੀਂ ਹੈਗਾ। ਜਿਸ ਤਰ੍ਹਾਂ ਦੀ ਉਹ ਗੱਲ ਕੀਤੀ, ਠੀਕ ਹੈ ਗੁਰਦੁਆਰਾ ਸਾਹਿਬ ਨੂੰ ਸਨਮਾਨ ਅਤੇ ਸਤਿਕਾਰ ਕੋਈ ਮਰਿਆਦਾ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਪਰ ਇਸ ਗੱਲ 'ਤੇ ਗੁਰਦੁਆਰਿਆਂ ਨੂੰ ਇਤਰਾਜ਼ ਹੈ ਅਤੇ ਜਿਹੜੇ ਸਿੰਘ ਗੱਤਕਾ ਕਰ ਰਹੇ ਨੇ ਉਹਨਾਂ 'ਤੇ ਵੀ ਇਸ ਗੱਲ ਦਾ ਇਤਰਾਜ਼ ਹੈ। ਅਸੀਂ ਇਹ ਚਾਹਵਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਇਹ ਸਿੱਖ ਕੌਮ ਲਈ ਸ਼ਰਮਨਾਕ ਨੇ, ਸੋ ਇਸ ਗੱਲ ਲਈ ਸਨੀ ਦਿਓਲ ਜਿਹੜਾ ਵਾ ਸਿੱਧੇ ਤੌਰ 'ਤੇ ਜਿਹੜਾ ਕਿ ਦੋਸ਼ੀ ਪਾਇਆ ਜਾਣਾ ਚਾਹੀਦਾ। ਸਨੀ ਦਿਓਲ ਦੀ ਬਲੌਕਬਸਟਰ ਫਿਲਮ ਗਦਰ ਦਾ ਸੀਕੁਅਲ ਜਲਦ ਹੀ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲਾ ਹੈ ਪਰ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਵਿਵਾਦਾਂ ਦੇ ਵਿੱਚ ਘਿਰ ਗਈ ਹੈ। ਦਰਅਸਲ ਫਿਲਮ ਦੇ ਇੱਕ ਸੀਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੜਾਧੜ ਵਾਇਰਲ ਹੋ ਰਹੀਆਂ ਨੇ ਜਿਸ ਦੇ SGPC ਵੱਲੋਂ ਇਤਰਾਜ਼ ਜਤਾਇਆ ਗਿਆ। SGPC ਨਹੀਂ ਪੂਰੀ ਸਿੱਖ ਕੌਮ ਨੇ ਇਸ ਦਾ ਇਤਰਾਜ਼ ਕੀਤਾ। ਦਰਅਸਲ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹ ਇੱਕ ਗੁਰਦੁਆਰਾ ਸਾਹਿਬ ਦੀਆਂ ਨੇ ਜਿੱਥੇ ਫਿਲਮ ਦਾ ਇੱਕ ਸੀਨ ਸ਼ੂਟ ਕੀਤਾ ਜਾ ਰਿਹਾ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਕਿ ਅਦਾਕਾਰ ਗੁਰਦੁਆਰਾ ਸਾਹਿਬ ਦੇ ਵਿੱਚ ਖੜ੍ਹੇ ਨੇ ਅਤੇ ਆਸੇ ਪਾਸੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਕਈ ਲੋਕ ਨੇ ਅਤੇ ਗੱਤਕਾ ਖੇਡਿਆ ਜਾ ਰਿਹਾ ਹੈ। ਇਹ ਤਸਵੀਰਾਂ ਜਦੋਂ ਹੀ SGPC ਤੱਕ ਪੁੱਜੀਆਂ ਤਾਂ ਉਹਨਾਂ ਦੇ ਵੱਲੋਂ ਇਸ 'ਤੇ ਇਤਰਾਜ਼ ਜਤਾਇਆ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸੇ ਤਹਿਤ SGPC ਮੈਂਬਰ ਭਾਈ ਗੁਰਚੰਦ ਸਿੰਘ ਦੇ ਵੱਲੋਂ ਇਸ 'ਤੇ ਇਤਰਾਜ਼ ਜਤਾਇਆ ਗਿਆ। ਕੀ ਕਹਿਣਾ ਹੈ ਭਾਈ ਗੁਰਚੰਦ ਸਿੰਘ ਦਾ, ਆਓ ਤੁਹਾਨੂੰ ਸੁਣਾ ਦਿੰਦੇ ਹਾਂ।